ਬਾਬਾ ਸੀਡੀ ਵਰਲਡ। ਬੋਲ ਵਰਿੰਦਾਵਨ ਬਿਹਾਰੀ ਲਾਲ ਕੀ, ਏਕਾਦਸ਼ੀ ਮਾਤਾ ਕੀ, ਸਤਿਗੁਰੂ ਬਾਬਾ ਭਗਤ ਰਾਮ ਸਾਹਿਬ ਕੀ, ਜਗਤਗੁਰੂ ਸ਼੍ਰੀ ਚੰਦਰ ਭਗਵਾਨ ਕੀ। ਆਇਓ ਲਾਲ ਸਭਈ ਚੋ, ਅਚੋ ਸਤਿਗੁਰਨ ਜੀ ਮਿੱਠੜੀ ਮਾਖੀ ਅੱਖਾਂ ਮਿੱਠੜੀ ਪਿਆਰੀ ਪਿਆਰੀ ਸਾਧ ਸੰਗਤ ਜੀ, ਅਜੋ ਤਾਂਖੇ ਅਸਾਂ ਮੋਕਸ਼ਾ ਏਕਾਦਸ਼ੀ ਜੋ ਮਹੱਤਵ ਬੁਧਾਈਂਦਾਸੀਂ, ਚਿੱਤ ਸਾਂ ਧਿਆਨ ਡੇਈ ਕਰੇ ਸ਼ਰਵਨ ਕਯੋ, ਛੋਜੋ ਕੇਵਲ ਬੁੱਧਣ ਸਾਈਂ ਓਹੋ ਅਨੇਕ ਲਾਭ ਥੀਂਦਾ ਆਇਨ। ਵੱਡਨ ਵੱਡਨ ਯੱਗ ਕਰਨ ਜਾ ਲਾਭ, ਗਊਦਾਨ ਕਰਨ ਜਾ ਲਾਭ ਆਦਿ ਅਨੇਕ ਲਾਭ ਥੀਂਦਾ ਆਇਨ ਕੇਵਲ ਪੰਜ ਮਿੰਟ ਬੁੱਧਣ ਸਾਂ ਸਿੱਖ ਸਾਂ। ਤੇ ਇੱਕ ਵਾਰ ਜੀ ਗੱਲ ਆ, ਧਰਮਾਤਮਾ ਯੁਧਿਸ਼ਠਰ ਮਹਾਰਾਜ ਅਸਾਂਜੇ ਸ਼ਾਮ ਸੁੰਦਰ ਭਗਵਾਨ ਕੋਲ ਪੁੱਛਣ ਲਗਾ, ਤਾਂ ਦੇਵ ਦੇਵੇਸ਼ਵਰ ਮਾਂ ਪੁੱਛਾਂ ਤੋ ਤਾਂ ਮਾਰਗ ਸ਼ੀਰਸ਼ ਮਹੀਨੇ ਸ਼ੁਕਲ ਪਕਸ਼ ਮੇਂ ਜੇਕੀ ਏਕਾਦਸ਼ੀ ਥੀਂਦੀ ਆ, ਉਹਨਜੋ ਕਿਹੜੋ ਨਾਲੋ ਆ, ਕਿਹੜੀ ਵਿਧੀ ਆ, ਕਿਹੜੇ ਦੇਵਤਾ ਜੀ ਪੂਜਾ ਥੀਂਦੀ ਆ। ਹੇ ਸਵਾਮੀ, ਮੂੰਖੇ ਪੂਰੋ ਤਾਂ ਯਥਾਰਥ ਰੂਪ ਮੇਂ ਬੁਧਾਇਓ, ਜੀ ਆਹੇ ਤੀਂ ਤਰੀ ਅਸਾਂਜਾ ਭਗਵਾਨ ਸ੍ਰੀ ਕ੍ਰਿਸ਼ਨ ਚੰਦ ਮੁਰਲੀ ਮੁਕੰਦ ਆਨੰਦ ਕੰਦ ਨੰਦ ਨੰਦ ਚੰਦ ਚਵੰਤਾ ਬਧੋ ਰਾਜ ਵਰੰਦ। ਹੇ ਰਾਜਾਉਨ ਮੇਂ ਸ੍ਰੇਸ਼ਠ, ਹਿਨ ਮਹੀਨੇ ਜੇ ਕ੍ਰਿਸ਼ਨ ਪਕਸ਼ ਮੇਂ ਮਾਰਗ ਸ਼ੀਰਸ਼ ਜੇ ਉਤਪੰਨਾ ਨਾਲੇ ਜੀ ਏਕਾਦਸ਼ੀ, ਜੰਹਿਂਜੋ ਵਰਣਨ ਮਾਂ ਤਾਂਜੇ ਸਾਹਮੂੰ ਕਯੋ। ਹਾਣੇ ਸ਼ੁਕਲ ਪਕਸ਼ ਜੀ ਏਕਾਦਸ਼ੀ ਜੋ ਵਰਣਨ ਕੰਦੁਮ, ਜੰਹਿਂਜੇ ਕੇਵਲ ਬੁੱਧਣ ਸਾਂ ਸ਼ਰਵਣ ਕਰਨ ਸਾਂ ਵਾਜਪੇਯ ਯੱਗ ਜੋ ਲਾਭ ਮਿਲੰਦੋ ਆ। ਕਿਹੜੋ ਯੱਗ? ਵਾਜਪੇਯ ਯੱਗ, ਮਹਾਨ ਯੱਗ ਥੀਂਦੋ ਆ। ਤੈਨ ਏਕਾਦਸ਼ੀ ਜੋ ਨਾਲੋ ਆ ਮੋਕਸ਼ਾ ਏਕਾਦਸ਼ੀ, ਜੇਕੀ ਮੋਕਸ਼ ਜੋ ਨਵਾਰੀ ਆ, ਸਭਿਨੀ ਪਾਪਨ ਜੋ ਹਰਨ ਕਰਨ ਵਾਰੀ ਆ। ਹੇ ਰਾਜਾ, ਏਕਾਦਸ਼ੀ ਤੇ ਯਤਨ ਕਰੇ ਤੁਲਸੀ ਮਾਤਾ ਜੇ ਮੰਜਰੀ ਐਂ ਧੂਪ ਦੀਪ ਆਦਿ ਸਾਂ ਭਗਵਾਨ ਦਾਮੋਦਰ ਜੀ ਪੂਜਾ ਕਰਨ ਖਪੇ। ਇਨੇ ਵਿਧੀ ਸਾਂ ਦਸ਼ਮੀ ਐਂ ਗਿਆਰਸ ਜੇ ਨਿਯਮ ਜੋ ਪਾਲਨ ਕਰਨ ਉਚਿਤ ਆ। ਮੋਕਸ਼ਾ ਏਕਾਦਸ਼ੀ ਵੱਡੇ ਵੱਡੇ ਪਾਪਨ ਜੋ ਨਾਸ਼ ਕਰਨ ਵਾਰੀ ਆ। ਗਿਆਰਸ ਤੇ ਰਾਤ ਮੇਂ ਮੁੰਜੀ ਪ੍ਰਸੰਨਤਾ ਜੇ ਲਾਏ, ਨੱਚੇ ਗੀਤ ਗਾਏ ਇਸਤੁਤੀ ਕਰੇ, ਐ ਰਾਤ ਜਾਗੇ ਕੀਰਤਨ ਕਰੇ। ਗੋਵਿੰਦ ਜੈ ਜੈ ਗੋਪਾਲ ਜੈ ਜੈ, ਗੋਵਿੰਦ ਬੋਲੋ ਹਰੀ ਗੋਪਾਲ ਬੋਲੋ, ਸ੍ਰੀ ਕ੍ਰਿਸ਼ਨ ਗੋਵਿੰਦ। ਵਾਹ ਵਾਹ, ਇਹ ਨਾਲਾ ਜਿਹੜੀ ਮਲ ਆਕਾਸ਼ ਮੇਂ ਗੂੰਜਾਇਮਾਨ ਥੀਂਦਾ ਆਇਨਿ, ਤਾਂ ਜਮਦੂਤ ਵੀ ਸਾਹਮੂੰ ਨਾ ਈਂਦਾ ਆਇਨਿ, ਪਰਿਓਂ ਖੋਂ ਹੱਥ ਜੋੜੇ ਵੇਂਦਾ ਹੈ। ਇਹਦੀ ਭਗਵਾਨ ਜੇ ਕੀਰਤਨ ਮੇਂ ਸ਼ਕਤੀ ਰੱਖਿਆ ਲਏ, ਕਿਰਪਾ ਰੱਖਿਆ ਲਏ। ਹਰੇ ਰਾਮ, ਹਰੇ ਕ੍ਰਿਸ਼ਨ, ਹੇ ਹਰੇ। ਤਾਂ ਜੇਕੇ ਰਾਤ ਜਾਗੀ ਕੀਰਤਨ ਕੰਦਾ ਆਇਨਿ, ਜੰਹਿਂਜਾ ਪਿੱਤਰ ਪਾਪਨ ਜੇ ਕਰੇ ਨੀਚ ਜੋੜੀਆਂ ਮੇਂ ਹਲੀਆ ਹੋਜਨ, ਉਨ ਖੇ ਵੀ ਕੋਈ ਪੁੰਜਦਾਨ ਕਰੇ ਕੀਰਤਨ ਕਰੇ, ਤਾਂ ਉਹਨਾਂ ਖੇ ਵੀ ਮੋਕਸ਼ ਮਿਲੀ ਵੇਂਦੋ ਆ। ਸਵਰਗ ਨ ਸਿੱਧੋ ਵੈਕੁੰਠ ਮੋਕਸ਼ ਮਿਲੰਦੋ ਆ। ਏਕਾਦਸ਼ੀ ਜੀ ਰਾਤ ਜਾਗੀ ਕਰੇ ਕੀਰਤਨ ਕਰੇ, ਪਿੱਤਰਨ ਜੇ ਅਰਪਣ ਕਯੋ। ਭਗਵਾਨ ਕ੍ਰਿਸ਼ਨ ਦਾ ਵਚਨ, ਨਰਕ ਮੇਂ ਵੀ ਪੈਲ ਹੁੰਦਾ ਤਾਂ ਉਹਨਾਂ ਜੀ ਵੀ ਮੁਕਤੀ ਥੀਂਦੀ। ਕਿਹੜੀ ਵੱਡੀ ਗੱਲ ਆ। ਚੋ ਹਰੇ ਰਾਮ,
ਕਿਹਦੀ ਕਿਰਪਾ ਹੈ? ਇਨਮੇ ਤਨਕ ਵੀ ਸੰਦੇਹ ਕੋਨੇ ਭਗਵਾਨ ਚਾਹੁਣ ਤਾਂ। ਪੂਰਵ ਕਾਲ ਜੀ ਗਾਲਾਤ ਭਗਵਾਨ ਵਿਸ਼ਨੂੰ ਜੇ ਵੈਸ਼ਨਵ ਭਗਤਨ ਸਾਂ ਸਜਲ ਪਰਮ ਰਮਣੀਅ ਚੰਪਕ ਨਗਰ ਹਿਕੜੋ, ਜੰਮੇ ਵੈਖਾਨਸ ਰਾਜਾ ਰਾਜ ਕੰਦਾ ਹਾ, ਉਹ ਪੰਹਿੰਜੇ ਪ੍ਰਜਾ ਜੋ ਪੰਹਿੰਜੇ ਪੁੱਤਰ ਵਾਂਗੂਰ ਪਾਲਨ ਕੰਦਾ ਹਾ। ਇਨ ਤਰ੍ਹਾਂ ਰਾਜ ਕੰਦੇ ਕੰਦੇ ਰਾਜਾ ਹਿਕ ਡੀਂ ਰਾਤ ਜੋ ਸੁਪਨੇ ਮੇਂ ਛਾ ਡਿਠੋ ਤ ਮੁੰਜਾ ਜੇਕੇ ਪਿੱਤਰ ਹਨ ਉਹ ਨੀਚ ਜੂਣੀ ਮੇਂ ਪਹਿਜੀ ਆਇਆ। ਉਨ ਸਭਿਨਿ ਖੇ ਇਨ ਅਵਸਥਾ ਮੇਂ ਡਿਸੀ ਕਰੇ ਰਾਜਾ ਜੇ ਮਨ ਮੇਂ ਡਾਢੋ ਅਚਰਜ ਥਿਓ। ਸੁਬੁਹ ਜੋ ਉਥੀ ਕਰੇ ਉਹਨਾਂ ਬ੍ਰਾਹਮਣ ਦੇਵਤਾਉਣ ਖੇ ਸੁਪਨੇ ਜੋ ਪੂਰੋ ਹਾਲ ਚਈ ਬੁਧਾਇਓ। ਰਾਜਾ ਚਵਣ ਲਗਾ, ਬ੍ਰਾਹਮਣੋ ਮਾਂ ਪੰਹਿੰਜੇ ਪਿੱਤਰਨ ਖੇ ਨਰਕ ਮੇਂ ਕਿਰੰਦੇ ਡਿਠੋ ਆ। ਬਾਰ ਬਾਰ ਰੋਈ ਕਰੇ ਮੁਖੇ ਚਈ ਰਿਹਾ ਹਾ ਤ ਤੂੰ ਅਸਾਂਜੋ ਨੰਢੋ ਆ, ਬਾਰ ਆ, ਹਿਨ ਨਰਕ ਰੂਪੀ ਸਮੁੰਦਰ ਮੋ ਅਸਾਂਜੋ ਉਧਾਰ ਕਰ। ਹੇ ਬ੍ਰਾਹਮਣ ਦੇਵਤਾਓ, ਹਿਨ ਰੂਪ ਮੇਂ ਮੂੰਖੇ ਪਿੱਤਰਨ ਜਾ ਦਰਸ਼ਨ ਥਿਆ ਆਹਿਨਿ, ਮੂੰਖੇ ਚੈਨ ਨਥੋ ਮਿਲੇ, ਮਾਂ ਛਾ ਕਯਾਂ ਕਾਢੇ ਵਞਾ, ਮੁੰਹਿੰਜੋ ਹਿਰਦੇ ਰੂੰਧਨ ਜੋ ਵਨੇ ਤੋਂ ਪਇਓ। ਚਉ ਹਰੀ ਰਾਮ। ਹੇ ਬ੍ਰਾਹਮਣ ਦੇਵਤਾਓ, ਉਹ ਵਿਰਤ, ਉਹ ਤਪ, ਉਹ ਯੋਗ ਜੈਸਾ ਮੁੰਹਿੰਜਾ ਪੂਰਵਜ ਤਤਕਾਲ ਨਰਕ ਖੋਂ ਛੁਟਕਾਰੋ ਪਾਏ ਵਜਨ, ਬੁਧਾਇਣ ਜੀ ਕਿਰਪਾ ਕਰਿਓ ਕਿ ਮੂੰ ਜਿਹੜੇ ਬਲਵਾਨ ਸਾਹਸੀ ਪੁੱਟ ਜੇ ਹੁੰਦੇ ਮਾਤਾ ਪਿਤਾ ਘੋਰ ਨਰਕਨ ਮੇਂ ਪਿਆਲੇ ਤਾਂ ਇਹ ਸੰਤਾਨ ਜੋ ਕਿਹੜੋ ਲਾਭ। ਤਰੀ ਬ੍ਰਾਹਮਣ ਚਾਹੁਣ ਲਗਾ ਤਾਂ ਰਾਜਾ ਹਿੱਤੋਂ ਸਾਹਮੂ ਹੀ ਪਰਵਤ ਮੁਨੀ ਜੋ ਆਸ਼ਰਮ ਆ, ਉਹ ਏਡਾ ਮਹਾਤਮਾ ਕਿ ਭੂਤ ਭਵਿਸ਼ ਸਭ ਜਾਣਦੇ ਹਨ। ਹੇ ਰਾਜਾ ਉਹਨਾਂ ਨੂੰ ਸ੍ਰੇਸ਼ਟ ਤਾਂ ਉਹਨਾਂ ਨੂੰ ਹੱਠ ਹਲੀ ਵਜੋ। ਬ੍ਰਾਹਮਣ ਦੀ ਗਾਲ ਬੁਧੀ ਕਰੇ ਮਹਾਰਾਜ ਵੈਖਾਨਸ ਤੁਰੰਤ ਪਰਵਤ ਮੁਨੀਅ ਜੇ ਆਸ਼ਰਮ ਤੇ ਆਇਆ ਐਂ ਮੁਨੀ ਸ੍ਰੇਸ਼ਟ ਖੇ ਡਿਸੀ ਉਹਨਾਂ ਡੰਡੇ ਵਾਂਗੁਰ ਲੇਟੀ ਕਰੇ ਮੁਨੀ ਦੇ ਚਰਨਨ ਮੇਂ ਪ੍ਰਣਾਮ ਸਪਰਸ਼ ਕਯੋ। ਐ ਉਹਨੇ ਮਹਾਤਮਾ ਵੀ ਰਾਜਾ ਖੋਂ ਰਾਜ ਜੇ ਸਤਨ ਅੰਗਲ ਜੀ ਅੰਗਨ ਜੀ ਕੁਸ਼ਲ ਸਮਾਚਾਰ ਪੁੱਛੀ। ਕਹੇ ਵੀ ਰਾਜ ਜਾ ਸਤ ਅੰਗ ਯਾਨੀ ਸਤ ਅਲਗ ਅਲਗ ਵਿਭਾਗ ਹੁੰਦਾ ਹੈ, ਕਿਹੜਾ ਭਾਈ? ਹਿਕੜੋ ਰਾਜਾ ਪਹਿਰਿਓਂ, ਬਿਓ ਮੰਤਰੀ, ਟਿਓਂ ਰਾਸ਼ਟਰ, ਚੌਥੋਂ ਕਿਲੋ, ਪੰਜੋਂ ਖਜ਼ਾਨੋ, ਛਈ ਸੇਨਾ, ਐਂ ਸਤੋਂ ਉਹਨੇ ਦਾ ਦੋਸਤ ਯਾਰ ਮਿੱਤਰ ਵਰਗ। ਚਉ ਹਰੇ ਰਾਮ। ਇਹ ਮਜ਼ਬੂਤ ਹੋ ਜਾਣ ਤਾਂ ਪੋ ਰਾਜ ਵੀ ਮਜ਼ਬੂਤ ਥੀ ਵੇਂਦੋ ਆ। ਧਿਆਨ ਰੱਖਜੋ ਕਿਹੜੀ ਨੀਤੀ, ਇਹਦੀ ਵੱਡੀ ਯੋਜਨਾ ਹੁੰਦੀਆਂ। ਰਾਜਾ ਚਾਹੁਣ ਲੱਗੋ ਤਾਂ ਸਵਾਮੀ ਤੁਹਾਡੀ ਕਿਰਪਾ ਸਾਂ ਮੁੰਹਿੰਜੇ ਰਾਜ ਜਾ ਸੱਤ ਹੀ ਅੰਗ ਸਕੁਸ਼ਲ ਨੇ, ਕਿੰਤੂ ਮਾਂ ਸੁਪਨੇ ਮੇਂ ਡਿਠੋ ਕਿ ਮੁੰਹਿੰਜਾ ਪਿੱਤਰ ਨਰਕ ਮੇਂ ਪਹਿਲੇ ਨੇ, ਕਹੇ ਪੁੰਜ ਜੇ ਪ੍ਰਭਾਵ ਸਾਂ ਉਹਨਾਂ ਖੇ ਮੋਕਸ਼ ਮਿਲੰਦੋ। ਰਾਜਾ ਜੀ ਆ ਗਾਲ ਬੁੱਧੀ ਕਰੇ ਮੁੰਨਨ ਮੇਂ ਸ੍ਰੇਸ਼ਟ ਪਰਵਤ ਜੀ ਮਹਾਰਾਜ ਧਿਆਨ ਲਗਾਇਆ। ਜੀ ਧਿਆਨ ਲਗਾਇਓ ਤ ਇੱਕ ਮਹੂਰਤ ਧਿਆਨ ਮੇਂ ਹੋਇਆ, ਮਹੂਰਤ ਯਾਨੀ 48 ਮਿੰਟ ਹਨ, ਬ ਘੜੀਨ ਜੋ ਇੱਕ ਮਹੂਰਤ ਥੀਂਦੋ ਆ, ਇੱਕ ਘੜੀ 24 ਮਿੰਟੇ ਜੀ, ਬ ਘੜੀਆਂ 48 ਮਿੰਟੇ ਜੀ, ਉਹਨੇ ਖੇ ਇੱਕ ਮਹੂਰਤ ਚਇਬੋ ਆ। ਤ 48 ਮਿੰਟ ਉਹ ਮਹਾਤਮਾ ਧਿਆਨ ਮੇਂ ਖੋਈ ਦਿਆ। ਪੋ ਧਿਆਨ ਮੋਂ ਜਿਹੜੀ ਵਾਪਸ ਆਇਆ ਤਾਂ ਰਾਜਾ ਖਿੱਚਣ ਲਗਾ ਮਹਾਰਾਜ ਮਾਰਗ ਸ਼ੀਰਸ਼ ਮਹੀਨੇ ਜੇ ਸ਼ੁਕਲ ਪਕਸ਼ ਮੇਂ ਮੋਕਸ਼ਾ ਨਾਲੇ ਜੀ ਜੇ ਕੀ ਏਕਾਦਸ਼ੀ ਥੀਂਦੀ ਆ ਤਾਂ ਸਭ ਉਹਨੇ ਜੋ ਵਿਰਤ ਕਯੋ ਉਹਨੇ ਜੋ ਪੁੰਜ ਪਿੱਤਰਨ ਖੇ ਡੇਈ ਛੱਡਿਓ ਉਹਨੇ ਪੁੰਜ ਜੇ ਪ੍ਰਭਾਵ ਸਾਂ ਉਹਨਾਂ ਜੋ ਨਰਕ ਖੋਂ ਉਧਾਰ ਥੀ ਵੇਂਦੋ, ਛੁਟਕਾਰੋ ਥੀ ਵੇਂਦੋ।
तरी भगवान श्री कृष्ण चंद महाराज चवन था त युधिष्ठर मुनि जी इहा गाल बुधी करे राजा वरी पंहिंजे घर वापस आयो ऐं जॾहिं उत्तम हिन पावन महीने में राजा वैखानस संत जे चवण ते मोक्षा एकादशीअ जो विर्त करे उन जा पुञ सभु पितरनि खे पंहिंजे पिता खे अर्पण कया श्री कृष्ण अर्पण पुञ ॾींदे ई क्षण भर में आकाश मो गुलनि जी बरसाति थियण लॻी बोलो वृंदावन वैखानस जा पिता पितरनि सहित नरक खां छुटकारो पाया आकाश में दर्शन ॾिनऊं पंहिंजे पुट खे ऐं राजा खे चवण लॻा पुट तुंहिंजो कल्याण थिए तुंहिंजो कल्याण थिए आहा केॾो न उन संतान खे ख़ुशी मिली हूंदी गदगद थियो हूंदो कि मां पंहिंजे पुट थियण जो फर्ज़ निभायो आहे ऐं हिकु ई एकादशीअ में न ईअं न भई साल भर जी एकादशी कयूं केवल हिकु एकादशी ईअं चई करे उन्हनि जा पितृ स्वर्ग में हलिया राजा जेको इन तरह कल्याणमयी मोक्षा एकादशीअ जो व्रत कंदो आहे उन जा पाप नष्ट थी वेंदा आहिनि ऐं हिन लोक खां पोइ मृत्यु खां पोइ उहो मोक्ष पाए वठंदो आहे इहे मोक्ष ॾियण वारी मोक्षा एकादशी जॾहिं मरियल माण्हुनि खे मोक्ष ॾेई थी सघे त जीअरनि खे ॾेई छॾे त कोई अचरज करण वारी ॻाल्हि नाहे बसि असां श्रद्धा भक्तिअ सां ऐं प्रेम सां इहो व्रत रखूं त हीअ मोक्षा एकादशी माण्हुनि जे लाइ चिंता मणीअ जे समान सभु कामनाउनि खे पूरण करण वारी आहे चिंता मणीअ खां कुझु बि घुरो त उहा शइ ॾींदी आहे अहिड़ी तरह सां एकादशी सभु ॾींदी जेको बि असां शुभ भावना रखंदासीं हिन महात्म खे पढ़ण सां ॿुधण सां वाजपेयी यज्ञ जो फल मिलंदो आहे जिन प्रेम सां ॿुधो उन्हनि खे इहो लाभ मिलंदो इन करे सपरिवार एकादशी रखो साध संगत जी छो जो एकादशी विकल्प कोन्हे कि असां न बि रखूं न रखण वारे खे अन में पाप रहंदा आहिनि उन जो दोष लॻंदो आहे इन करे एकादशी न बि था रखी सघो बुख नथा कढी सघो त फलाहारी भोजन कयो सुठो आहे कि खीर ऐं फल वठो न त पोइ वरी फलाहारी भोजन यानी सम्झो था फलाहार खां मथे किड़िंग वग़ैरह पनीर आलू कचालू पेठो हां इन जी सब्जियूं ठाहे करे भले टई टाइम खाओ लेकिन अन न खाओ चांवर फुलको ॿी भाॼियूं न खाओ ऐं जेकी बि सब्जी ठहे या त शुद्ध गिह में या त वरी मूंगफली तेल में छोजो फल जे तेल मूं ऐं इन में तव्हां नमक सेंधो इस्तेमालु करे था सघो नीबू विझी था सघो इन जे अलावा कारो मिर्च बि उपयोग करे था सघो फल फूल खीर ड्राई फ्रूट ॾुध मलाई मखण सभु त खाई सघो था एतिरे में अगरि मोक्ष मिली वञे त सस्तो आहे बोलो वृंदावन बिहारी लाल की एकादशी माता की आज की आनंद की जय श्री कृष्ण श्री कृष्ण गोविंद गोपाल दामोदर अरे भाई कहिड़ा कहिड़ा भजन ॻाइणा आहिनि असांखे अच्छा अलाए जे छा में राज़ी आहे अलाए जे कंहिंसां राज़ी आहे हो कढो इहो थोरा ध्यानु लॻा गूगल गुरूअ खां घुरी वठोसि थोरी देरि लाइ
चयोसि असां मोबाइल भुलिजी विया ऐं घर पई आहे, थोरो साथ ॾेई छॾियो भाई, हा न। ऐं वसंती रहंदी, उहो त ग्राहक ई न आयो आहे असांजो अॼु। पिछली बार कल्ह फरमाइश कई, मूंखे निंड अची वई थी, अॼु बि लॻे थो अलाए निंड खणी असां लाइ छा आहे भॻवानु।